ਹਾਂਜੀ ਸਾਥੀਓ ਸਾਥੀਓ ਅੱਜ ਆਪਾਂ ਜੋਤਿਸ਼ ਦਾ ਐਕਸਰੇ ਕਿਤਾਬ ਦਾ ਭਾਗ 2 ਸੁਣਾਾਂਗੇ ਇਹਦੇ ਇਹਦਾ ਜਿਹੜਾ ਭਾਗ 2 ਆ ਇਹਦੇ ਚ ਦੋ ਸ਼ਬਦ ਮੇਰਾ ਸਾਥੀ ਪੂਰਨ ਕੌਂਕੇ ਜਿਹੜਾ ਬੜੀ ਦੁਖਦਾਈ ਖਬਰ ਹੈ ਕਿ ਪਿਛਲੇ ਸਮੇਂ ਚ ਸਾਨੂੰ ਉਹ ਬਿਛੋੜਾ ਦੇ ਗਿਆ ਬੜਾ ਜਾਣਕਾਰ ਸਾਥੀ ਸੀ ਹਿੰਦੀ ਤੇ ਬੜੀ ਉਹਦੀ ਪਕੜ ਸੀ ਹਿੰਦੀ ਦਾ ਅਧਿਆਪਕ ਸੀ ਉਸ ਸਾਥੀ ਨੇ ਇਸ ਕਿਤਾਬ ਨੂੰ ਪੜ੍ਹਿਆ ਤੇ ਇਹਦੇ ਵਿੱਚ ਜੋ ਕੁਝ ਹਿੰਦੀ ਦੇ ਸ਼ਬਦ ਮੈਨੂੰ ਕੁਝ ਔਖੇ ਲੱਗਦੇ ਸੀ ਜਾਂ ਜਿਵੇਂ ਵੀ ਲੱਗਦਾ ਸੀ ਉਹਦੇ ਬਾਰੇ ਵੀ ਮੈਂ ਉਹਦੇ ਕੋਲੋਂ ਵੱਖਰੇ ਵੱਖਰੇ ਸਮੇਂ ਅਨੁਸਾਰ ਇਹਦੇ ਵਿੱਚ ਆਂ ਆਂਕੜਾ ਅਨਸਾਰ ਉਹਨੂੰ ਮਿਲਦਾ ਰਿਹਾ ਤੇ ਉਹਦੀ ਜੋਗ ਰ ਹੈ ਮੈਨੂੰ ਮਿਲਦੀ ਰਹੀ ਹੈ ਉਹਦੇ ਵੱਲੋਂ ਇਹਦੇ ਵਿੱਚ ਕੁਝ ਲਿਖੇ ਸ਼ਲੋਕਾਂ ਦਾ ਪੰਜਾਬੀ ਅਨਵਾਦ ਵੀ ਉਸੇ ਵੱਲੋਂ ਕੀਤਾ ਗਿਆ ਪੰਜਾਬੀ ਵਿੱਚ ਤੁਹਾਨੂੰ ਲਿਖੇ ਹੋਏ ਮਿਲਣਗੇ ਅੱਗੇ ਕਿਤਾਬ 'ਚ ਅੱਜ ਆਪਾਂ ਉਹਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਉਹ ਸਾਥੀ ਦੇ ਲਿਖੇ ਦੋ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਹਾਂ ਇਸ ਕਿਤਾਬ ਦੇ। ਕੁਝ ਸ਼ਬਦ ਜੋਤਿਸ਼ ਦਾ ਐਕਸ-ਰੇ ਦੇਖਦੇ ਆਂ। ਜੋਤਿਸ਼ ਸ਼ਬਦ ਅਜੋਕੇ ਸਮਾਜ ਵਿੱਚ ਬਹੁ ਆਰਥਿਕ ਸ਼ਬਦ ਬਣ ਗਿਆ ਹੈ ਜਿਸ ਦੇ ਅਰਥ ਆਮ ਆਦਮੀ ਲਈ ਕੁਝ ਹੋਰ ਹੁੰਦੇ ਹਨ ਤੇ ਵਿਗਿਆਨਕ ਸੋਚ ਵਾਲਿਆਂ ਲਈ ਕੁਝ ਹੋਰ। ਪਰ ਤਰਕਸ਼ੀਲ ਵਿਚਾਰਧਾਰਾ ਲਈ ਇਸ ਦਾ ਅਰਥ ਕੁਝ ਜ਼ਿਆਦਾ ਹੀ ਵਿਸ਼ੇਸ਼ ਹੋ ਜਾਂਦਾ ਹੈ। ਭਾਰਤੀ ਸਭਿਅਤਾ ਲਈ ਤੁਲਨਾਤਮਕ ਅਧਨੰਦੀ ਘਟ ਰਹੀ ਹੈ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆ ਦੇ ਨਾਮ ਤੇ ਜੋ ਕੁਝ ਵੀ ਪੜਾਇਆ ਜਾਂਦਾ ਜਾਂ ਜਾ ਰਿਹਾ ਹੈ ਉਹ ਇੱਕ ਪਾਸੜ ਹੀ ਰਿਹਾ ਹੈ ਪਰਚੋਲ ਦੀ ਵਿਧੀ ਦੀ ਵਰਤੋਂ ਕਰਨਾ ਕਦੇ ਵੀ ਮਨੁੱਖ ਮੁੱਖ ਆਦੇਸ਼ ਨਹੀਂ ਰਿਹਾ ਅਤੇ ਜੋ ਆਦੇਸ਼ ਰਿਹਾ ਹੈ ਜਾਂ ਹੁਣ ਵੀ ਹੈ ਉਹ ਹੈ ਸਰਮਾਇਦਾਰੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਸਨੀਪਸ ਬਣਾਇਆ ਜਾਵੇ ਅਤੇ ਉਸ ਨੂੰ ਵੀ ਮਨੁੱਖੀ ਮਾਨਸਿਕਤਾ ਦਾ ਭਾਗ ਇਸ ਤਰ੍ਹਾਂ ਬਣਾਇਆ ਜਾਵੇ ਕਿ ਸਾਰਿਆਂ ਨੂੰ ਇਹ ਜਾਪੇ ਕਿ ਆਖਰੀ ਸਚਾਈ ਇਹ ਹੀ ਹੈ ਸਚਾਈ ਵੀ ਤਾਂ ਬ੍ਰਹਿਮੰਡੀ ਵਰਤਾਰੇ ਜਾਂ ਖੇਤਰੀ ਵਰਤਾਰੇ ਤੇ ਆਧਾਰਿਤ ਹੁੰਦੀ ਹੈ ਜਾਂ ਇੰਜ ਵੀ ਕਹਿ ਲਈਏ ਕਿ ਹਾਂ ਕਹਿ ਸਕਦੇ ਹਾਂ ਕਿ ਵਿਗਿਆਨਿਕ ਸਚਾਈ ਅਤੇ ਭਾਵਨਾਤਮਕ ਸਚਾਈ ਭਾਵਨਾਵਾਂ ਧਾਰਮਿਕ ਵੀ ਹੋ ਸਕਦੀਆਂ ਹਨ ਤੇ ਗੈਰ ਧਾਰਮਿਕ ਵੀ ਇਥੇ ਸਾਥੀ ਨੇ ਬ੍ਰਹਿਮੰਡੀ ਤੇ ਖੇਤਰੀ ਵਰਤਾਰੇ ਦੀ ਗੱਲ ਕੀਤੀ ਐਵੇਂ ਇਹਦੇ ਬਾਰੇ ਮੈਂ ਤੁਹਾਡੇ ਨਾਲ ਸਾਂਝ ਪਾ ਲਵਾਂ ਵੀ ਜਿਹੜਾ ਬ੍ਰਹਿਮੰਡੀ ਵਰਤਾਰਾ ਹੁੰਦਾ ਜਿਵੇਂ ਸਾਡੇ ਗ੍ਰਹਿਣ ਲੱਗਦਾ ਉਹਦਾ ਬ੍ਰਹਿਮੰਡੀ ਜਿਹੜਾ ਵਰਤਾਰਾ ਉਹ ਸਾਨੂੰ ਸਾਡੀਆਂ ਕਿਤਾਬਾਂ ਚ ਪੜਾਇਆ ਜਾਂਦਾ ਸਾਡੀਆਂ ਸਿਲੇਬਸ ਦੀਆਂ ਕਿਤਾਬਾਂ ਚ ਪੜਾਇਆ ਜਾਂਦਾ ਸਾਡੀਆਂ ਵਿਗਿਆਨ ਦੀਆਂ ਕਿਤਾਬਾਂ ਚ ਉਹ ਦਰਜ ਹੈ ਤੇ ਉਹਨੂੰ ਵਿਗਿਆਨ ਤੋਂ ਮਾਨਤਾ ਵੀ ਮਿਲੀ ਹੋਈ ਹੈ ਪਰ ਜਿਹੜੇ ਖੇਤਰੀ ਵਿਚਾਰ ਹੁੰਦੇ ਆ ਉਹ ਜਿਵੇਂ ਰਾਹੂ ਕੇਤੂ ਦਾ ਮੂਰੇ ਆਉਣਾ ਜਾਂ ਕੁਝ ਉਹ ਖੇਤਰੀ ਵਿਚਾਰ ਜਿਵੇਂ ਸਾਡੇ ਬ੍ਰਾਹਮਣਵਾਦੀ ਵਿਚਾਰ ਹੈ ਤੇ ਇਸੇ ਤਰ੍ਹਾਂ ਹਰ ਸਭਤਾ ਦੇ ਹਰ ਸਮੇਂ ਤੇ ਮਨੁੱਖ ਦੇ ਸੋਚਣ ਅਨਸਾਰ ਖੇਤਰੀ ਵਿਚਾਰਾਂ ਅਨਸਾਰ ਕੁਝ ਉਹਨਾਂ ਦੀਆਂ ਆਪਦੀਆਂ ਮਨ ਕੜੰਤ ਜਿਹੜੀਆਂ ਕਹਾਣੀਆਂ ਇਹਦੇ ਪਿੱਛੇ ਆ ਉਹ ਸਾਰੀਆਂ ਨੂੰ ਆਪਾਂ ਖੇਤਰੀ ਵਿਚਾਰ ਕਹਿੰਨੇ ਆ ਮੈਂ ਸਰਫੇਸ ਕਰਕੇ ਦੱਸਿਆ ਕਿ ਅੱਗੇ ਸ਼ਬਦ ਬਾਰ ਬਾਰ ਫੇਰ ਇਸ ਕਿਤਾਬ ਚ ਵੀ ਆਉਣਾ ਅਜੋਕੇ ਵਿਗਿਆਨਿਕ ਯੁੱਗ ਵਿੱਚ ਹਰ ਛੋਟੀ ਤੋਂ ਛੋਟੀ ਵਸਤੂ ਭਾਵੇਂ ਵਸਤੂ ਬਾਰੇ ਗੰਭੀਰ ਰੂਪ ਵਿੱਚ ਖੋਜਾਂ ਹੋ ਰਹੀਆਂ ਹਨ ਵਿਗਿਆਨ ਨੇ ਧਰਤੀ ਦਾ ਕੋਈ ਖੁੰਝਾ ਆਕਾਸ਼ ਦੀ ਇੰਤਹਾ ਅਤੇ ਜੋ ਵੀ ਮਨੁੱਖੀ ਮਨ ਦੀਆਂ ਕੁੰਦਰਾਂ ਵਿੱਚ ਪਿਆ ਹੈ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅਤੇ अनेका ਰਹਾਸ ਪ੍ਰਗਟ ਵੀ ਕੀਤੇ ਹਨ ਤੇ ਲਗਾਤਾਰ ਕੋਸ਼ਿਸ਼ਾਂ ਵੀ ਜਾਰੀ ਹਨ ਜੋਤਿਸ਼ ਬਾਰੇ ਜੇਕਰ ਇਸ ਦੇ ਪਿਸ਼ੋਕੜ ਨੂੰ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਜੋਤਿਸ਼ ਗ੍ਰਹਿ ਅਤੇ ਨਿਸ਼ੱਤਰਾਂ ਦੀ ਗਣਨਾ ਕਰਨਾ ਹੈ ਵਿਦਾੰਗ ਜੋਤਿਸ਼ ਅਨੁਸਾਰ ਜੋਤਿਸ਼ ਇੱਕ ਗਣਿਤ ਹੈ ਪੰਜਵੀਂ ਸਦੀ ਦੇ ਮਹਾਨ ਵਿਗਿਆਨੀ ਆਰੀਆ ਪਾਟ ਅਨੁਸਾਰ ਜੋਤਿਸ਼ ਖਗੋਲ ਵਿਗਿਆਨ ਹੈ ਜਿਸ ਵਿੱਚ ਨਿਸ਼ੱਤਰਾਂ ਤੇ ਤਾਰਿਆਂ ਸਮੇਤ ਨਵੀਆਂ ਖੋਜਾਂ ਕਰਨਾ ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਹੈ ਉਸ ਸਮੇਂ ਖਗੋਲ ਵਿਗਿਆਨ ਨੂੰ ਜੋਤੀਵਿੰਦ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸੋਚਣ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਦੋਂ ਵਿਗਿਆਨ ਨੇ ਤਰੱਕੀ ਨਹੀਂ ਸੀ ਕੀਤੀ ਅਜੇ ਤਰੱਕੀ ਦੇ ਰਾਹ ਤੇ ਤੁਰਿਆ ਹੀ ਸੀ ਤਾਂ ਜੋਤਿਸ਼ ਆਧਾਰਤ ਖਗੋਲ ਵਿਗਿਆਨ ਹੀ ਸੀ ਪਰ ਹੁਣ ਜਦੋਂ ਮਨੁੱਖ ਨੇ ਵਿਗਿਆਨਕ ਖੇਤਰ ਵਿੱਚ ਇੰਤਹਾ ਤਰੱਕੀ ਕਰ ਲਈ ਹੈ ਤਾਂ ਜੋਤਿਸ਼ ਅਜੇ ਵੀ ਮਨੁੱਖ ਨੂੰ ਹੱਥਾਂ ਦੀਆਂ ਲਕੀਰਾਂ ਤੇ ਹੀ ਲਈ ਬੈਠਾ ਹੈ ਹਥਲੀ ਪੋਸਟਕ ਇਸ ਗੰਭੀਰ ਵਿਸ਼ੇ ਨੂੰ ਸੰਭੀਰ ਦੀ ਇੱਕ ਅਜੇਹੀ ਪੁਖਤਾ ਦਸਤਾਵੇਜ਼ ਦਸਤਾਵੇਜ਼ ਹੈ ਜੋ ਕਿ ਮਨੁੱਖੀ ਮਨ ਦੀਆਂ ਅਨੇਕ ਗੁੰਝਲਾਂ ਨੂੰ ਖੋਲ ਕੇ ਰੱਖ ਦਿੰਦੀ ਹੈ ਅਤੇ ਇਸ ਵਿੱਚ ਉਠਾਏ ਅਨੇਕਾਂ ਨੁਕਤਿਆਂ ਨੂੰ ਪਾਠਕਾਂ ਨਾਲ ਸਾਂਝਾ ਕਰਦਿਆਂ ਮਨੁੱਖ ਨੂੰ ਨਵੀਆਂ ਵਿਗਿਆਨਕ ਲੀਹਾਂ ਤੇ ਤੁਰਨਾ ਹੀ ਨਹੀਂ ਦੱਸਦੀ ਸਗੋਂ ਤਰਕਵਾਦੀ ਲੀਹਾਂ ਦੀ ਧਾਰਨੀ ਵੀ ਬਣਾਉਂਦੀ ਹੈ ਮਨੁੱਖੀ ਮਨ ਦੀ ਗਿਆਸਾ 'ਚ ਆਪਣੀ ਉਤਪਤੀ ਨੂੰ ਲੈ ਕੇ ਸਵਾਲ ਉੱਠਦਾ ਹੈ ਜਿਸ ਨੂੰ ਜਾਣਨ ਦੀ ਇੱਛਾ ਹੋਰ ਅਨੇਕਾਂ ਰਹੱਸਾਂ ਨੂੰ ਉਲਝਾਉਂਦੀ ਰਹੀ ਹੈ ਧਰਮ ਗੁਰੂ ਜੋ ਕਿ ਆਦ ਕਾਲ ਤੋਂ ਗਿਆਨ ਦਾ ਸੋਮਾ ਮੰਨੇ ਜਾਂਦੇ ਰਹੇ ਹਨ ਉਹਨਾਂ ਨੇ ਆਪਣੀ ਸੋਚ ਤੇ ਸਮਰਥਾ ਅਨੁਸਾਰ ਜੋ ਵੀ ਉਹਨਾਂ ਨੂੰ ਸਹੀ ਜਾਪਿਆ ਬਿਨਾਂ ਪਰਖਿਆ ਜਵਾਬ ਦਿੰਦੇ ਰਹੇ ਪਰ ਇਹ ਸੱਤ ਖੇਤਰੀ ਹੀ ਰਹਾ ਕੁਝ ਤੀਖਣ ਜਿਗਿਆਸੂ ਲੋਕਾਂ ਜੋ ਕਿ ਇਹਨਾਂ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੋਏ ਉਹਨਾਂ ਨੇ ਬ੍ਰਹਮੰਡੀ ਸੱਚ ਦੀ ਖੋਜ ਵਿੱਚ ਲਗਾਤਾਰ ਕੰਮ ਕੀਤਾ ਤੇ ਸਿੱਧ ਕੀਤਾ ਕਿ ਖੇਤਰੀ ਵਰਤਾਰੇ ਦੀ ਥਾਂ ਬ੍ਰਹਮੰਡੀ ਵਰਤਾਰੇ ਸੱਚ ਦੇ ਜਿਆਦਾ ਨੇੜ ਹੁੰਦੇ ਹਨ ਸਰਜੀਤ ਦੌਦਰ ਦੀ ਹਥਲੀ ਪੁਸਤਕ ਜੋਤਿਸ਼ ਦਾ ਐਕਸ-ਰੇ ਤਰਕਵਾਦੀ ਲੀਹਾਂ ਤੇ ਤੁਰਦੀ ਬ੍ਰਹਿਮੰਡੀ ਵਰਤਾਰੇ ਦੀ ਗੱਲ ਕਰਦੀ ਹੈ ਤੇ ਸੱਚ ਜੋ ਕਿ ਕਦੇ ਵੀ ਕਿਤੇ ਵੀ ਜਾਂ ਕਿਸੇ ਵੱਲੋਂ ਵੀ ਪਰਖਿਆ ਜਾਵੇ ਸੱਚ ਹੀ ਰਹੇਗਾ ਦੀ ਬਾਤ ਪਾਉਂਦੀ ਹੈ ਜੋਤਿਸ਼ ਦਾ ਐਕਸ-ਰੇ ਪੁਸਤਕ ਜੋਤੀਬਿੰਦ ਖਗੋਲ ਵਿਗਿਆਨ ਦੀ ਉਤਪਤੀ ਕਿਵੇਂ ਅਤੇ ਕਦੋਂ ਹੋਈ ਸਾਲ ਦੀ ਅਨੁਮਾਨਤ ਲਵਾਈ ਚੰਦ ਅਨੁਸਾਰ ਗਿਣਤੀ ਮੰਤਰ ਰੁੱਤਾਂ ਦੀ ਜਾਣਕਾਰੀ ਸਮਾਜਿਕ ਰਸਮਾਂ ਅਤੇ ਆਮ ਜੀਵਨ ਕਿਰਿਆਵਾਂ ਦਾ ਪ੍ਰੋਹਤਵਾਦ ਨਾਲ ਸੰਬੰਧਾਂ ਦੀ ਭਾਲ ਕਰਦੀ ਹੋਈ 5ਵੀਂ ਸਦੀ ਦੇ ਮਹਾਨ ਵਿਗਿਆਨੀ ਆਰੀਆ ਭਟ ਦੇ ਆਰੀਆ ਭਟੇਮ ਚਾਰ ਦੇ ਨਾਲ ਦੇ ਨਾਲ ਨਾਲ ਰਿਗਵੇਦ ਅਥਰਵ ਵੇਦ ਦੀਆਂ ਵੀ ਉਦਾਹਰਣਾਂ ਦਿੰਦੀ ਹੈ ਖਗੋਲ ਵਿਗਿਆਨ ਹੱਥ ਦੀਆਂ ਤੇ ਮੱਥੇ ਦੀਆਂ ਲਕੀਰਾਂ ਚ ਉਤਰ ਕੇ ਜੋਤਿਸ਼ ਕਿਵੇਂ ਬਣ ਗਿਆ ਇਸ ਬਾਰੇ ਲੇਖਕ ਦੱਸਦਾ ਹੈ ਕਿ ਕਿਵੇਂ ਪ੍ਰੋਹਤਵਾਦ ਨੇ ਆਪਣਾ ਸਭ ਤੋਂ کارਗਾਰ ਢੰਗ ਜਾਹਲ ਸਾਜੀ ਵਰਤਦੇ ਹੋਏ ਖਗੋਲ ਵਿਗਿਆਨ ਨੂੰ ਹੀ ਕਿਸਮਤ ਜਾਣਨ ਦਾ ਗਿਆਨ ਐਲਾਨ ਦਿੱਤਾ। ਅਪਰੋਹਤਕ ਵਿਸ਼ੇ ਸੰਬੰਧੀ ਸੱਚ ਦੀ ਖੋਜ ਕਰਦਿਆਂ ਪਤਾ ਲੱਗਦਾ ਹੈ ਕਿ ਪ੍ਰਮਾਣ ਕੁਝ ਹੋਰ ਕਹਿੰਦੇ ਹਨ ਤੇ ਜੋਕੀਆਂ ਪਰਿਭਾਸ਼ਾਵਾਂ ਕੁਝ ਹੋਰ। ਵਿਚਾਰ ਕਰਦੇ ਹਾਂ ਕਿ ਪ੍ਰਮਾਣ ਹੀ ਤਿੰਨ ਪ੍ਰਕਾਰ ਦੇ ਹੁੰਦੇ ਹਨ। ਪਰਤਖ ਪ੍ਰਮਾਣ ਜੋ ਪ੍ਰਯੋਗ ਰਾਹੀਂ ਸਿੱਧ ਕੀਤਾ ਜਾਵੇ ਉਪਮਾਨ ਪਰਮਾਨ ਪਰਮਾਨ ਜੋ ਦੇਖਿਆ ਪਰਖਿਆ ਨਹੀਂ ਸਮੋ ਹੁਕਮ ਉਪਮਾਮ ਤੇ ਆਧਾਰਿਤ ਹੋਵੇ ਅਤੇ ਸ਼ਬਦ ਪ੍ਰਮਾਨ ਜੋ ਕੇਵਲ ਤੇ ਕੇਵਲ ਸ਼ਬਦਾਂ ਰਾਹੀਂ ਹੀ ਸਿੱਧ ਕੀਤਾ ਜਾਵੇ ਇਹਨਾਂ ਪ੍ਰਮਾਣਾਂ ਦੀ ਵਿਸਥਾਰਕ ਵਿਆਖਿਆ ਕਿਤਾਬ ਦੇ ਵਿੱਚ ਸਾਥੀ ਅਗਲੇ ਪਾਠਾਂ ਦੇ ਵਿੱਚ ਸੁਣ ਸਕਦੇ ਆ ਉਹ ਅਗਲੇ ਪਾਠਾਂ ਦੇ ਵਿੱਚ ਆਪਣੇ ਸੁਣ ਨੂੰ ਮਿਲੂ ਜੋਤਿਸ਼ ਦਾ ਐਕਸਰੇ ਪੁਸਤਕ ਰਾਹੀਂ ਸਰਜੀਤ ਦੌਧਰ ਵਿਗਿਆਨਿਕ ਸਚਾਈ ਦੀ ਗੱਲ ਕਰਦੇ ਆ ਦੱਸਦੇ ਹਨ ਕਿ 1200 BC ਤੋਂ ਲੈ ਕੇ 500 BC ਤੱਕ ਵਿਚਾਰਧਾਰਕ ਘੋਲ ਚੱਲਦਾ ਰਿਹਾ ਇਨ੍ਹਾਂ 700 ਸਾਲਾਂ 'ਚ ਸੱਤ ਹੀ ਵੱਡੀਆਂ ਗੈਰ ਧਾਰਮਿਕ ਲਹਿਰਾਂ ਨੇ ਜਨਮ ਲਿਆ ਯਾਨੀ ਉਹ ਜਿਹੜੀਆਂ ਲਹਿਰਾਂ ਸੀ ਸਾਰੀਆਂ ਇਹਦੇ 'ਚ ਤਕਰੀਬਨ ਵਿਚਾਰਧਾਰਕ ਘੋਲ ਬਹੁਤ ਹੋਇਆ ਇਹਦੇ ਚ ਆਮ ਕਰਕੇ ਨਾਸਤਿਕ ਤੇ ਆਸਤਕਾਂ ਵਿਚਾਰੇ ਵੀ ਵਿਚਾਲੇ ਵੀ ਕੁਝ ਜੰਗ ਚੱਲਦੀ ਰਹੀ ਜਿਸ ਦਾ ਮੁੱਖ ਕਾਰਨ ਮਨੁੱਖਤਾ ਦੀ ਵੰਡ ਨਿੱਜਵਾਦੀ ਵਿਚਾਰਧਾਰਾ ਜਾਤੀਵਾਦ ਨਸਲਵਾਦ ਬ੍ਰਾਹਮਣਵਾਦ ਦਾ ਗਲਬਾ ਹੋਣਾ ਹੀ ਸੀ ਇਸ ਦੇ ਸਿੱਟੇ ਵਜੋਂ ਹੀ ਇੱਕ ਪਾਸੜ ਵਿਦਿਆ ਦਾ ਪ੍ਰਚਾਰ ਕੀਤਾ ਗਿਆ ਤੇ ਮਨੁੱਖੀ ਮਨ ਦੇ ਸੁਚੇਤ ਹੰਬਲੇ ਨੇ ਭਾਰਤੀ ਧਰਤੀ ਤੇ ਹੀ ਇਹਨਾਂ ਲਹਿਰਾਂ ਨੂੰ ਜਨਮ ਦਿੱਤਾ ਜਿਸ ਵਿੱਚ ਕਰਮਵਾਰ ਨਿਆਏ ਵਿਸ਼ੇਸ਼ ਕਾਮ ਇਮਾਨਸਾ ਜੋਗ ਜੈਨ ਬੁੱਧ ਅਤੇ ਵਿਦਾਂਗ ਲਹਿਰਾਂ ਦਾ ਜ਼ਿਕਰ ਆਉਂਦਾ ਹੈ ਇਹ ਗੱਲ ਵੱਖਰੀ ਹੈ ਕਿ ਭਾਵੇਂ ਬਾਅਦ ਵਿੱਚ ਬ੍ਰਾਹਮਣੀ ਰਲਗੱਡ ਦੇ ਕਰਕੇ ਇਹ ਲਹਿਰਾਂ ਦਾ ਰੂਪ ਵੀ ਵਟ ਕੇ ਪਹਿਲਾਂ ਚੱਲੀਆਂ ਲਹਿਰਾਂ ਵਾਂਗ ਹੀ ਹੋ ਗਿਆ ਇੱਥੇ ਸਾਥੀਓ ਆਪਾਂ ਸਿੱਖ ਧਰਮ ਦੀ ਗੱਲ ਕਰ ਸਕਦੇ ਹਾਂ ਵੀ ਸਿੱਖ ਧਰਮ ਦੇ ਵਿੱਚ ਕੁਝ ਇਹੋ ਜਿਹੇ ਚਿੱਟੀ ਵਰਦੀ ਧਾਰੀ ਬੰਦੇ ਪੈਦਾ ਹੋ ਗਏ ਜਿਹੜੇ ਉਸ ਵਿਚਾਰਧਾਰਾ ਨੂੰ ਰਮਾਲਿਆਂ ਚ ਲਪੇਟ ਕੇ ਰੱਖ ਕੇ ਮੱਥਾ ਟੇਕਣ ਲਾ ਕੇ ਤੇ ਆਪਣੀ ਵਿਚਾਰਧਾਰਾ ਦਾ ਗਲਬਾਬ ਦੇ ਤੇ ਭਾਰੂ ਕਰਕੇ ਲੋਕਾਂ ਨੂੰ ਉਸੇ ਬ੍ਰਾਹਮਣੀ ਕਲੀ ਕਰਮਕਾਂਡਾਂ ਦੇ ਵਿੱਚ ਹੀ ਫੇਰ ਓਲਝਾਤਾ ਇਹਨੂੰ ਅਸੀਂ ਕਹਿੰਦੇ ਆ ਕਿਸੇ ਵੀ ਵਿਚਾਰ ਦਾ ਬ੍ਰਾਹਮਣੀਕਰਨ ਕਰਨਾ ਤੇ ਇਸੇ ਤਰ੍ਹਾਂ ਪੁਰਾਣੇ ਜਿਹੜੇ ਧਰਮ ਸੀ ਜਾਂ ਪੁਰਾਣੀ ਜੋ ਵੀਆਂ ਲਹਿਰਾਂ ਇੱਥੇ ਚੱਲੀਆਂ ਉਹਨਾਂ ਸਾਰਿਆਂ ਦਾ ਬ੍ਰਾਹਮਣੀਕਰਨ ਬ੍ਰਾਹਮਣਾਂ ਨੇ ਬਹੁਤ ਬੁਰੀ ਤਰ੍ਹਾਂ ਕੀਤਾ ਕਿਉਂਕਿ ਇਹਨਾਂ ਕੋਲ ਇੱਕ ਜਾਲ ਸਾਜੀ ਇਨਾਂ ਦਾ ਬਹੁਤ ਵੱਡਾ ਕਾਰਗਰ ਹਥਿਆਰ ਆ ਜਿਹਦੇ ਅਨੁਸਾਰ ਇਹ ਉਸੇ ਬੰਦੇ ਦੇ ਨਾਂ ਤੇ ਉਸੇ ਰਚਨਾ ਦੇ ਨਾਂ ਤੇ ਕੁਛ ਆਪਦੀਆਂ ਰਚਨਾਵਾਂ ਲੋਕਾਂ ਦੇ ਵਿੱਚ ਭੇਜ ਦਿੰਦੇ ਆ ਜਿਹੜੀਆਂ ਵੱਡੀ ਗਿਣਤੀ ਚ ਹੁੰਦੀਆਂ ਤੇ ਲੋਕ ਅਸਲੀ ਰਚਨਾ ਨੂੰ ਭੁੱਲੀ ਕਈ ਵਾਰੀ ਜਾਂਦੇ ਆ ਸਰਜੀਤ ਦਾਦਰ ਦੀ ਪੁਸਤਕ ਪੜ੍ਹਦੇ ਆ ਜਿੱਥੇ ਜੋਤਿਸ਼ ਦੇ ਮੁੱਢ ਕਦੀਮ ਦੀ ਜਾਣਕਾਰੀ ਮਿਲਦੀ ਹੈ ਉੱਥੇ ਇਹ ਵੀ ਪਤਾ ਲੱਗਦਾ ਹੈ ਕਿ ਹੱਥਲੀ ਪੁਸਤਕ ਦਾ ਰਚੇਤਾ ਕੇਵਲ ਲੇਖਕ ਹੀ ਨਹੀਂ ਸਗੋਂ ਉਹ ਖੌਤੀ ਜੋਤਿਸ਼ ਜੋ ਹੁਣ ਪ੍ਰਚਾਰਿਆ ਜਾ ਰਿਹਾ ਹੈ ਦਾ ਗਿਆਤਾ ਵੀ ਹੈ ਸਰਜੀਤ ਦੌਜ਼ਰ ਨੇ ਜੋਤਿਸ਼ ਨੂੰ ਟੱਕਰ ਦੇਣ ਲਈ ਅਤੇ ਤਰਕਵਾਦੀ ਸੋਚ ਨੂੰ ਪਰਫੁੱਲਤ ਕਰਨ ਹਿਤ ਆਪ ਇਸ ਵਿਦਿਆ ਨੂੰ ਗ੍ਰਹਿਣ ਕੀਤਾ ਇਸ ਦੀ ਸਚਾਈ ਤੇ ਝਾਲਸਾ ਜੀ ਨਾਲ ਦੋ ਚਾਰ ਹੋਇਆ ਕਹਿ ਸਕਦੇ ਹਾਂ ਕਿ ਪੱਕੇ ਪੈਰੀਂ ਸਰਜੀਤ ਦੌਜ਼ਰ ਨੇ ਜੋਤਿਸ਼ ਆਚਾਰੀਆਂ ਨੂੰ ਚੈਲੰਜ ਵੀ ਕੀਤਾ ਹੈ ਉਹ ਜਾਣਦਾ ਹੈ ਕਿ ਕੁੰਡਲੀ ਕੀ ਹੈ ਕਿਵੇਂ ਬਣਦੀ ਹੈ ਰਾਸ਼ੀਆਂ ਕੀ ਹਨ ਰਾਸ਼ੀਆਂ ਤੇ ਕੁੰਡਲੀ ਦਾ ਸਿਧਾਂਤ ਕੀ ਹੈ ਆਦਤੋਂ ਲੇਖਕ ਵਾਕਫ ਹੈ ਉਹ ਜੋਤਿਸ਼ ਦੀਆਂ ਪદ્ધਤੀਆਂ ਦੀ ਗੱਲ ਵੀ ਕਰਦਾ ਹੈ ਉਹ ਇਸ ਦੇ ਜੋਗਾਂ ਦੀ ਗੱਲ ਵੀ ਕਰਦਾ ਹੈ ਜਿਵੇਂ ਕਾਲ ਸਰਪ ਜੋਗ ਤੇ ਮੰਗਲਿਕ ਜੋਗ ਸਰਜੀਤ ਦਾਉਦਰ ਦੀ ਇਸ ਵਿਸ਼ੇ ਤੇ ਪਰਪਕਤਾ ਦਾ ਸਬੂਤ ਇਹ ਵੀ ਹੈ ਕਿ ਉਹਨਾਂ ਨੇ ਸਾਰੇ ਹੀ ਪੰਜਾਬ ਵਿੱਚ ਤੇ ਪੰਜਾਬ ਤੋਂ ਬਾਹਰ ਮਤਿਹਾਸ ਇਤਿਹਾਸ ਇਤਿਹਾਸਕ ਪਦਾਰਥਵਾਦ ਅਤੇ ਜੋਤਿਸ਼ ਵਿਸ਼ੇ ਤੇ ਅਣਗਿਣਤ ਸੈਮੀਨਾਰ ਕੀਤੇ ਹਨ। ਇਹੀ ਨਹੀਂ ਜੋਤਿਸ਼ ਨਿਰਾ ਪਖੰਡ ਨਾਮ ਦੀ ਵੀਡੀਓ ਵੀਡੀਓ ਸੀਡੀ ਵੀ ਇੱਕ ਤਰਕਸ਼ੀਲ ਲਹਿਰ ਨੂੰ ਦਿੱਤੀ ਹੈ। ਜੋ ਕਿ ਜੋਤਿਸ਼ ਦੇ ਪਖੰਡ ਨੂੰ ਨੰਗਾ ਕਰ ਲਿੰਦਾ ਹੈ। ਇਸ ਤੋਂ ਇਲਾਵਾ ਲੇਖਕ ਨੇ ਮੰਨੇ ਭਾਰਤ ਦੇ ਮੰਨੇ ਪਰਮੰਨੇ ਜੋਤਸ਼ੀਆਂ ਨੂੰ ਜੋਤਸ਼ੀਆਂ ਦੁਆਰਾ ਹੀ ਯੋਜਿਤ ਕੀਤੇ ਸੈਮੀਨਾਰਾਂ ਵਿੱਚ ਚੈਲੰਜ ਵੀ ਕੀਤਾ ਹੈ ਕਿਉਂ ਮੇਰੇ ਦੁਆਰਾ ਅਠਾਏ ਪ੍ਰਸ਼ਨਾਂ ਦੇ ਉੱਤਰ ਦੇਣ ਜੋਤਿਸ਼ ਆਚਾਰੀਆਂ ਦੀਆਂ ਭਵਿੱਖ ਬਾਣੀਆਂ ਤੇ ਕਿੰਤੂ ਪ੍ਰਾਂਤੂ ਵੀ ਕੀਤਾ ਹੈ ਹਾਂ ਸਾਥੀਓ ਮੈਂ ਵੀ ਇੱਥੇ ਜਾਣਕਾਰੀ ਵਾਸਤੇ ਦੱਸ ਦਿਆਂ ਮੈਂ ਵੱਡੇ ਜੋਤਿਸ਼ੀ ਸੈਮੀਨਾਰਾਂ ਦੇ ਵਿੱਚ ਜਾ ਕੇ ਜਿੱਥੇ ਸਾਰੇ ਭਾਰਤ ਤੋਂ ਇਹਨਾਂ ਦੇ ਜੋਤਿਸ਼ੀ ਆਏ ਹੁੰਦੇ ਸੀ ਉੱਥੇ ਜਾ ਕੇ ਇਹਨਾਂ ਦੀ ਸਟੇਜ ਤੋਂ ਹੀ ਇਹਨਾਂ ਨੂੰ ਚੈਲੰਜ ਕੀਤਾ ਉਹਦਾ ਵੀ ਇੱਕ ਪਾਠ ਆਪਾਂ ਅੱਗੇ ਜਾ ਕੇ ਸੁਣਾਵਾਂਗੇ ਜਿਵੇਂ ਉਹ ਚੈਲੰਜ ਕੀਤਾ ਜਿਵੇਂ ਉਹਨਾਂ ਨੇ ਜਵਾਬ ਦਿੱਤਾ ਉਹਦੇ ਵਿੱਚ ਵੀ ਡਿਟੇਲ ਚ ਮੇਰਾ ਇਹ ਦਿੱਤਾ ਹੋਇਆ ਪਾਠ ਹੈ ਮੌਜੂਦਾ ਦੌਰ ਵਿੱਚ ਭਗਮਾ ਕਰਨ ਦੇ ਨਾਮ ਹੇਠ ਜੋਤਿਸ਼ ਨੂੰ ਵਿਗਿਆਨ ਕਹਿ ਕੇ ਪ੍ਰਚਾਰਿਆ ਪ੍ਰਸਾਰਿਆ ਜਾ ਰਿਹਾ ਹੈ ਤੇਰਾ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਠੀਕ ਉਸੇ ਸਮੇਂ ਲੇਖਕ ਵੱਲੋਂ ਜੋਤਿਸ਼ ਵਿਗਿਆਨ ਵਿਗਿਆਨਕ ਜਾਂ ਗੈਰ ਵਿਗਿਆਨਕ ਵਿਸ਼ੇ ਨੂੰ ਛੋ ਕੇ ਕੁਝ ਸਵਾਲਾਂ ਦੀ ਲੜੀ ਵੀ ਜੋਤਿਸ਼ਚਾਰੀਆਂ ਨੂੰ ਪੇਸ਼ ਕੀਤੀ ਹੈ ਜਿਵੇਂ ਰਾਹੂ ਕੇਤੂ ਦੀ ਕੋਈ ਹੋਂਦ ਹੀ ਨਹੀਂ ਹੈ ਕੀ ਜਨਮ ਸਮੇਂ ਗ੍ਰਹਿ ਜਾਂ ਰਾਸ਼ੀਆਂ ਦੀ ਸਥਿਤੀ ਮਨੁੱਖ ਦੇ ਜੀਵਨ ਤੇ ਅਸਰ ਪਾ ਸਕਦੀ ਹੈ ਆਦ ਆਦ ਇਸ ਪੋਸਟਕ ਨੂੰ ਪੜਦਿਆਂ ਸਾਡੇ ਦਿਮਾਗ ਨੂੰ ਲੱਗੇ ਅੰਧਵਿਸ਼ਵਾਸ ਦੇ ਜਿੰਦਰੇ ਖੁੱਲ ਜਾਂਦੇ ਹਨ ਤੇ ਖੁੰਡੀ ਸੋਚ ਨੂੰ ਸਾਣ ਤੇ ਲੱਗਣ ਦਾ ਅਫਸਰ ਪ੍ਰਦਾਨ ਹੁੰਦਾ ਹੈ। ਇਸ ਪੋਸਟਕ ਨੂੰ ਭਾਵੇਂ ਮੈਂ ਖਰੜੇ ਦੇ ਰੂਪ ਵਿੱਚ ਪੜਿਆ ਹੈ ਪਰੰਤੂ ਲੇਖਕ ਨਾਲ ਨੇੜਤਾ ਹੋਣ ਕਰਕੇ ਸਮੇਂ-ਸਮੇਂ ਤੇ ਤੁਛਰਾਵਾ ਵੀ ਦਿੱਤੀਆਂ ਹਨ ਜਿਨ੍ਹਾਂ ਨੂੰ ਪ੍ਰਵਾਨ ਕਰਕੇ ਲੇਖਕ ਨੇ ਮੇਰਾ ਮਾਣ ਵਧਾਇਆ ਹੈ ਤੇ ਹੁਣ ਫੇਰ ਇੱਕ ਮੌਕਾ ਪ੍ਰਦਾਨ ਕੀਤਾ ਹੈ ਕਿ ਮੈਂ ਆਪ ਸਭ ਨਾਲ ਆਪਣੇ ਵਿਚਾਰ ਇਸ ਪੁਸਤਕ ਬਾਰੇ ਸਾਂਝੇ ਕਰਾਂ। ਮੇਰੀ ਸਮਝ ਮੁਤਾਬਕ ਭਾਵੇਂ ਪੰਜਾਬੀ ਸਾਹਿਤ ਭੰਡਾਰ ਅਰਥਾਤ ਤੇ ਬਡਮੁੱਲਾ ਤਾਂ ਪਹਿਲਾ ਹੀ ਹੈ ਪਰ ਫਿਰ ਵੀ ਮੈਂ ਆਪਣੇ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਹਥਲੀ ਪੁਸਤਕ ਪੰਜਾਬੀ ਸਾਹਿਤ ਵਿੱਚ ਇੱਕ ਵੱਖਰਾ ਮੀਲ ਪੱਥਰ ਸਾਬਤ ਹੋ ਗਈ ਜੋ ਪੰਜਾਬੀ ਸਾਹਿਤ ਵਿੱਚ ਇਸ ਪੁਸਤਕ ਨੂੰ ਜੀਆ ਕਹਿਣਾ ਬਣਦਾ ਹੈ ਸੋ ਸਾਰੇ ਪੰਜਾਬੀ ਜਗਤ ਧਾਰਮਿਕ ਗੈਰ ਧਾਰਮਿਕ ਤੇ ਵਿਸ਼ੇਸ਼ ਕਰਕੇ ਜੋਤਿਸ਼ ਨਾਲ ਸੰਬੰਧਿਤ ਵਰਗ ਨੂੰ ਅਪੀਲ ਹੈ ਕਿਹ ਹੱਥ ਦੀ ਪੁਸਤਕ ਨੂੰ ਧਿਆਨ ਨਾਲ ਪੜਨ ਅਤੇ ਆਪਣੇ ਮਨ ਦੀਆਂ ਸ਼ੰਕਾਵਾਂ ਨੂੰ ਜਾਂ ਫਿਰ ਸਵਾਲਾਂ ਨੂੰ ਪੱਤਰਾਂ ਰਾਹੀਂ ਲੇਖਕ ਤੱਕ ਜ਼ਰੂਰ ਪਹੁੰਚਾਉਣ ਚੰਦ ਸ਼ੇਰਾਂ ਨਾਲ ਧੰਨਵਾਦ ਅਨੁਵਾਦ ਅਨੁਮਾਨ ਨਹੀਂ ਸੱਚ ਦੱਸਦੇ ਨੇ ਲਹਿਰਾਂ ਦੇ ਪਾਰ ਖੂ ਜੋ ਡੁੱਬਦੇ ਨੇ ਜੀਵਨ ਤੋਂ ਹੀ ਮਰਦੇ ਨੇ ਲੋਕ ਗਹਿਰਾਈ ਨੂੰ ਡੁੱਬ ਕੇ ਨਾਪ ਨਹੀਂ ਸਕਦੇ ਡੁੱਬ ਕੇ ਸਮੁੰਦਰ ਵਿੱਚ ਅਕਸਰ ਮਰਦੇ ਨੇ ਲੋਕ ਸਾਸ ਨਿਆਰਾ ਹੈ ਲਹਿਰਾਂ ਤੇ ਪੈਰਨ ਦਾ ਹੈ ਸੱਚ ਨੂੰ ਪਾ ਲੈਂਦੇ ਜੋ ਵੀ ਤਰਦੇ ਨੇ ਲੋਕ ਪੂਰਨ ਕੌਕੇ ਠੱਲੇ ਉਹਨਾਂ ਦਾ ਨੰਬਰ ਦਿੱਤਾ 9815734540 ਪਰ ਬੜੇ ਦੁੱਖ ਦੀ ਗੱਲ ਹੈ ਸਾਥੀ ਸਾਨੂੰ ਵਿਛੋੜਾ ਦੇ ਗਏ ਇਹਨਾਂ ਦੀ ਯਾਦ ਨੂੰ ਅੱਜ ਆਪਾਂ ਤਾਜ਼ਾ ਕਰਦੇ ਹੋਏ ਉਹਨਾਂ ਵੱਲੋਂ ਕੁਝ ਲਿਖੇ ਸ਼ਬਦ ਤੁਹਾਡੇ ਨਾਲ ਸਾਂਝੇ ਕੀਤੇ ਆ ਵੀਡੀਓ ਆਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਧੰਨਵਾਦ ਮਿਹਰਬਾਨੀ ਸਾਰੇ ਸਾਥੀ